ਪੇਰੈਂਟਸ ਨਾਲ ਹੀ ਜਾਂਦਾ ਹੈ ਠੀਕ ਹੈ ਸਰ ਉਹਦੇ ਚ ਬਲੱਡ ਰਿਲੇਸ਼ਨ ਹੋਣਾ ਚਾਹੀਦਾ ਆਸਟ੍ਰੇਲੀਆ ਦੇ ਵਿੱਚ ਉੱਥੋਂ ਹੀ ਅਫੋਰਡ ਹੋ ਜਾਂਦਾ ਹੈ ਐਵੇਂ ਤਾਂ ਨਿਊਜ਼ੀਲੈਂਡ ਅਗਰ ਪੇਰੈਂਟਸ ਨਹੀਂ ਜਾਣਾ ਚਾਹੁੰਦੇ ਤਾਂ ਸਕੂਲ ਪ੍ਰੋਵਾਈਡ ਕਰਦਾ ਗਾਰਡੀਅਨ ਠੀਕ ਹੈ ਸਰ ਬਟ ਆਸਟ੍ਰੇਲੀਆ ਦੇ ਵਿੱਚ ਆਫਟਰ 3 ਮੰਥਸ ਤੁਸੀਂ ਜਾ ਸਕਦੇ ਹੋ ਫॉर ਅ ਵਿਜ਼ਟਰ ਵੀਜ਼ਾ ਸਾਰੇ ਸਕੂਲਾਂ ਕੋਲ ਹੀ ਹੁੰਦੇ ਨੇ ਪ੍ਰੋਵਾਈਡ ਕਰਾਉਣ ਵਾਸਤੇ ਗਾਰਡੀਅਨ ਹਾਂਜੀ ਹਾਂਜੀ ਸਰ ਕਿਉਂਕਿ ਛੋਟਾ ਬੱਚਾ ਆਪਣੀ ਰਿਸਪੌਂਸਿਬਿਲਟੀ ਨਹੀਂ ਲੈ ਸਕਦਾ ਨਾ ਸਰ ਇਸ ਲਈ ਫਿਰ ਉਹ ਗਾਰਡੀਅਨ ਪ੍ਰੋਵਾਈਡ ਕਰਦਾ ਐਕਸਟਰਾ ਤੋਂ ਪੇ ਕਰਨਾ ਪਏਗਾ ਹਾਂਜੀ ਸਰ ਉਹਦਾ ਐਕਸਟਰਾ ਤੋਂ ਇਹਦੇ ਕੀ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ ਜਿਹੜਾ ਗਾਰਡੀਅਨ ਹੈਗਾ ਉਹਦੀ ਰਿਸਪੌਂਸਿਬਿਲਟੀਜ਼ ਕੀ ਬਣ ਜਾਂਦੀ ਸਰ ਲੁੱਕ ਆਫਟਰ ਕਿ ਬੱਚਾ ਟਾਈਮ ਸਿਰ ਜਾ ਰਿਹਾ ਸਕੂਲ ਉਹਨੂੰ ਹਰ ਇੱਕ ਚੀਜ਼ ਦਾ ਦੇਖਿਆ ਜਾਂਦਾ ਕਿ ਬੱਚਾ ਉੱਥੇ ਰਹਿ ਰਿਹਾ ਠੀਕ ਰਹਿ ਰਿਹਾ ਉਹਨੂੰ ਟਾਈਮ ਸਿਰ ਖਾਣਾ ਮਿਲ ਰਿਹਾ ਉਹਨੂੰ ਸਪੈਸ਼ਲੀ ਉਹਦੀ ਡਿਊਟੀ ਹੁੰਦੀ ਹੈ ਕਿ ਬੱਚੇ ਨੂੰ ਟਾਈਮ ਸਿਰ ਸਕੂਲ ਪਹੁੰਚਾਉਣਾ ਔਰ ਲੈ ਕੇ ਆਉਣਾ ਹਾਂਜੀ ਕਿਹੜੇ ਕਿਹੜੇ ਇੰਟੇਕ ਦੀ ਤਿਆਰੀ ਕਰ ਰਹੇ ਹੋ ਤੁਸੀਂ ਪਹਿਲਾਂ ਆਸਟ੍ਰੇਲੀਆ ਤੇ ਆ ਜਾਈਏ ਕਿ ਕਦੋਂ ਅਪਲਾਈ ਹੋਣਾ ਹੈਗਾ ਸਰ ਜੁਲਾਈ ਐਂਡ ਸਤੰਬਰ ਸਰ ਬੋਥ ਸਰ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੋਵੇਂ ਇੰਟੇਕ ਹਾਲੇ ਪਏ ਨੇ ਬੋਥ ਵੀ ਇਹਦਾ ਆਪਣਾ ਆਸਟ੍ਰੇਲੀਆ ਵੀ ਔਰ ਨਿਊਜ਼ੀਲੈਂਡ ਦੋਵਾਂ ਦੇ ਵਿੱਚ ਕੀ ਕਰਨਾ ਪਏਗਾ ਮਾਪਿਆਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਏਗਾ ਐਡਮਿਸ਼ਨ ਵਾਸਤੇ ਸਰ ਪਹਿਲਾ ਸਟੈਪ ਹੈ ਤੁਸੀਂ ਸਾਡੇ ਕੋਲ ਆਓ ਆਪਣੀ ਅਸਾਈਨਮੈਂਟ ਚੈੱਕ ਕਰਵਾਓ ਕਿ ਬੱਚੇ ਦੇ ਗ੍ਰੇਡਸ ਹੈਗੇ ਨੇ ਉਹਨੇ ਮਾਰਕਸ ਹੈਗੇ ਨੇ ਕਿੰਨੇ ਕੁ ਮਾਰਕਸ ਤੁਸੀਂ ਮੰਗਦੇ ਹੋ ਪਰਸੈਂਟੇਜ ਕਿੰਨਾ ਕੁ ਤੁਸੀਂ ਮੰਗਦੇ ਹੋ ਸਰ ਅੱਜ ਦੇ ਜ਼ਮਾਨੇ 'ਚ ਪਰਸੈਂਟੇਜ ਤਾਂ ਹੁੰਦੇ ਨਹੀਂ ਸਰ ਜਿਵੇਂ ਤਾਂ ਆਪਾਂ ਜਾਣਦੇ ਹਾਂ ਸਕੂਲਿੰਗ ਦੇ ਵਿੱਚ ਤਾਂ ਗ੍ਰੇਡਸ ਹੀ ਮੈਟਰ ਕਰਦੇ ਨੇ ਬੱਚੇ ਦਾ ਏ ਜਾਂ ਏ ਪਲੱਸ ਹੋਣਾ ਚਾਹੀਦਾ ਸਰ ਏ ਪਲੱਸ ਹੋਣਾ ਚਾਹੀਦਾ ਹੈਗਾ ਹੁਣ ਐਗਰੀਗੇਟਡ ਹੋਏਗਾ ਜਾਂ ਸਬਜੈਕਟ ਵਾਈਜ਼ ਹੋਏਗਾ ਸਰ ਆਲਮੋਸਟ ਮਤਲਬ ਇੰਗਲਿਸ਼ ਚ ਪਰਫੈਕਟ ਹੋਣਾ ਚਾਹੀਦਾ ਬੱਚਾ ਏ ਜਾਂ ਏ ਪਲੱਸ ਇੰਗਲਿਸ਼ ਚ ਹੋਣਾ ਹੀ ਚਾਹੀਦਾ ਕਿਉਂਕਿ ਉੱਥੇ ਕਮਿਊਨੀਕੇਟ ਹੀ ਆਪਾਂ ਨੇ ਇੰਗਲਿਸ਼ ਚ ਕਰਨਾ ਅਗਰ ਬੱਚੇ ਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਬਹੁਤ ਟਫ ਹੋ ਜਾਂਦਾ ਵੈਸੇ ਤਾਂ ਇੰਟਰਵਿਊਜ਼ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਹੈ ਸਕਾਈਪ ਤੇ ਹੁੰਦੇ ਨੇ ਸਰ ਪਹਿਲਾ ਮੁੱਦਾ ਆ ਗਿਆ ਕਿ ਬੱਚਾ ਦਾ ਮਾਂ ਪਿਓ ਬੱਚੇ ਆਣ ਉਹਦੀ ਅਸੈਸਮੈਂਟ ਤੁਸੀਂ ਕਰਦੇ ਹੋ ਬੱਚੇ ਦੇ ਇੰਟਰਵਿਊ ਵੀ ਅਸੈਸ ਕਰਦੇ ਹੋ ਕਿ ਬੱਚੇ ਨੂੰ ਇੰਗਲਿਸ਼ ਕਿੰਨੀ ਕੁ ਆਉਂਦੀ ਹੈ ਸਰ ਕਈ ਵਾਰ ਅਸੀਂ ਚੈੱਕ ਕਰ ਲੈਨੇ ਅਗਰ ਉਹ ਕਹਿੰਦੇ ਕਿ ਨਹੀਂ ਸਾਡਾ ਬੱਚਾ ਅਸੀਂ ਗ੍ਰੇਡਸ ਦੇਖ ਰਹੇ ਹਾਂ ਉਹਨਾਂ ਦੇ ਰਿਪੋਰਟ ਕਾਰਡ ਦੇਖ ਰਹੇ ਹਾਂ ਉਹਦੇ ਤੇ ਮੈਂਸ਼ਨ ਹੋ ਰਿਹਾ ਕਿ ਬੱਚਾ ਬਹੁਤ ਇੰਟੈਲੀਜੈਂਟ ਹੈ ਫਿਰ ਤਾਂ ਮਤਲਬ ਅਸੀਂ ਲੈ ਲੈਨੇ ਐਡਮਿਸ਼ਨ ਅਗਰ ਨਹੀਂ ਡਾਊਟ ਹੈ ਸਕੂਲ ਨੂੰ ਡਾਊਟ ਹੈ ਜਿੱਥੋਂ ਅਸੀਂ ਆਫਰ ਲੈਟਰ ਮੰਗਾਉਂਦੇ ਹਾਂ ਡਾਊਟ ਹੈ ਉਹਨਾਂ ਨੂੰ ਤਾਂ ਅਸੀਂ ਉਹ ਇੰਟਰਵਿਊ ਕਰਦੇ ਨੇ ਬੱਚੇ ਦਾ ਜੀ ਅੱਛਾ ਉਸ ਤੋਂ ਬਾਅਦ ਚਲੋ ਬੱਚਾ ਆਇਆ ਅਸੈਸਮੈਂਟ ਕਰ ਲਈ ਸਾਰੀ ਫਿਰ ਕੀ ਪ੍ਰੋਸੈਸ ਹੈਗਾ ਐਡਮਿਸ਼ਨ ਕਰਾਉਣ ਦਾ ਕੀ ਪ੍ਰੋਸੈਸ ਹੈਗਾ ਸਰ ਐਡਮਿਸ਼ਨ ਕਰਵਾਉਣ ਦਾ ਪ੍ਰੋਸੈਸ ਇਹ ਹੈ ਕਿ ਪਹਿਲਾਂ ਤੁਸੀਂ ਆਫਰ ਲੈਟਰ ਮੰਗਾਉਣੀ ਹੈ ਉਹਦੇ ਲਈ ਅਗਰ ਤੁਹਾਡੇ ਬੱਚੇ ਕੋਲ ਪਾਸਪੋਰਟ ਨਹੀਂ ਹੈਗਾ ਤੁਸੀਂ ਉਹਦੇ ਬਰਥ ਸਰਟੀਫਿਕੇਟ ਤੇ ਵੀ ਮੰਗਾ ਸਕਦੇ ਹੋ ਸਰ ਜੀ ਅੱਛਾ ਲੋਰ ਜੀ ਜਿਹੜਾ ਸਵਾਲ ਇੱਥੇ ਹੁਣ ਸਭ ਤੋਂ ਵੱਡਾ ਹੀ ਖੜਾ ਹੋਊਗਾ ਕਿ ਐਗਜ਼ਾਮਪਲ ਆਪਾਂ ਇੱਕ ਡ੍ਰੀਮ ਜਾਂ ਸੁਪਨਾ ਲੈ ਲੈਂਦੇ ਕਿ ਮੇਰੇ ਬੱਚੇ ਦਾ ਵੀਜ਼ਾ ਲੱਗ ਗਿਆ ਸਭ ਤੋਂ ਪਹਿਲਾਂ ਸਵਾਲ ਇਹ ਆ ਜਾਂਦਾ ਠੀਕ ਹੈ ਕਿ ਗਾਰਡੀਅਨ ਵੀ ਉੱਥੋਂ ਹੀ ਅਸੀਂ ਪ੍ਰੋਵਾਈਡ ਕਰਵਾ ਲਿਆ ਕਿ ਗਾਰਡੀਅਨ ਸਟੇ ਦੇ ਵਿੱਚ ਹੋਮ ਸਟੇ ਜਿਹੜੀ ਹੈਗੀ ਪੀਜੀ ਨੇ ਹੋਸਟਲਸ ਨੇ ਉਹਨਾਂ ਦੇ ਵਿੱਚ ਵੀ ਸਪੋਰਟ ਕਰਦਾ ਹੈ ਇਹ ਸਕੂਲ ਦੀ ਰਿਸਪੌਂਸਿਬਿਲਟੀਜ਼ ਹੈ ਕਿ ਹੋਸਟਲ ਉਹਨਾਂ ਨੂੰ ਪ੍ਰੋਵਾਈਡ ਆਪ ਕਰਾਏਗਾ ਉਹ ਸਰ ਇਹ ਡਿਪੈਂਡ ਕਰਦਾ ਸਕੂਲ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਅੰਡਰ ਕਿ ਉਹ ਕਿਵੇਂ ਬੱਚੇ ਨੂੰ ਕਰਦੇ ਨੇ ਮਤਲਬ ਕਈ ਵਾਰ ਹੁੰਦਾ ਕਿ ਗਾਰਡੀਅਨ ਉੱਥੇ ਉਹ ਆਪਣੇ ਸਕੂਲ ਦਾ ਹੀ ਪ੍ਰੋਵਾਈਡ ਕਰ ਦਿੰਦੇ ਨੇ ਹਾਂਜੀ ਸਰ ਹੋਰ ਕੁਝ ਹੋਰ ਸਕੂਲਿੰਗ ਸੰਬੰਧੀ ਜਿਹੜਾ ਮੈਂ ਨਹੀਂ ਪੁੱਛ ਪਾ ਰਿਹਾ ਖਾਸ ਤੌਰ ਤੇ ਮਾਪਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਸਾਡੇ ਕੋਲ ਆਓ ਆਪਣੀ ਅਸੈਸ ਕਰਾਓ ਠੀਕ ਹੈ ਜੀ ਜੋ ਤੁਹਾਡੇ ਬੱਚੇ ਦੀ ਰਿਪੋਰਟ ਕਾਰਡ ਹੈ ਅਸੀਂ ਉਹਨੂੰ ਅਸੈਸ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਉਹ ਜਾ ਸਕਦਾ ਹੈ ਜਾਂ ਨਹੀਂ ਜਾ ਸਕਦਾ ਫਿਰ ਉਸ ਤੋਂ ਬਾਅਦ ਹਰ ਇੱਕ ਸਟੈਪ ਹੁੰਦਾ ਬਟ ਮੈਂ ਇਹੀ ਕਹੂੰਗਾ ਪਹਿਲਾਂ ਤੁਸੀਂ ਡਿਸਾਈਡ ਕਰੋ ਤੁਸੀਂ ਕਿਹੜੀ ਕੰਟਰੀ 'ਚ ਬੱਚੇ ਨੂੰ ਭੇਜਣਾ ਫਿਰ ਉਸ ਤੋਂ ਬਾਅਦ ਤੁਹਾਡੇ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡਾ ਕੋਈ ਵੀ ਡਾਕੂਮੈਂਟ ਫੇਕ ਨਹੀਂ ਹੋਣਾ ਚਾਹੀਦਾ ਹੈ ਅਸੀਂ ਗੱਲ ਜਿਹੜੀ ਕਰ ਰਹੀ ਸੀ ਕਿ ਮੈਂ ਸਟਾਰਟਿੰਗ ਦੇ ਵਿੱਚ ਤੇ ਤੁਹਾਨੂੰ ਕਿਹਾ ਸੀ ਕਿ ਸਾਡਾ ਕੰਮ ਹੈਗਾ ਟੈਕਨੀਕਲ ਚੀਜ਼ਾਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਐਲੀਜੀਬਿਲਟੀਜ਼ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਸਾਡਾ ਮੁੱਦਾ ਇਹ ਨਹੀਂ ਹੈ ਕਿ ਅਸੀਂ ਕਿਸੇ ਸਕੂਲ ਨੂੰ ਪ੍ਰਮੋਟ ਕਰ ਰਹੇ ਹਾਂ ਸੋ ਤੁਸੀਂ ਕੋਈ ਵਧੇਰੇ ਜਾਣਕਾਰੀ ਲਈ ਆਪਣਾ ਸਵਾਲ ਜਿਹੜਾ ਹੈਗਾ ਪੁੱਛਣਾ ਚਾਹੁੰਦੇ ਹੋ VCC ਇੰਸਟੀਟਿਊਸ਼ਨ ਨੂੰ ਜਿਹੜਾ ਹੈਗਾ ਆਪਣਾ ਇੰਸਟੀਚਿਊਟ ਨੂੰ ਕੋਈ ਵੀ ਸਵਾਲ ਜਿਹੜਾ ਹੈਗਾ ਪੁੱਛ ਸਕਦੇ ਹੋ ਅਗਲਾ ਮੁੱਦਾ ਸਾਡਾ ਜਿਹੜਾ ਹੈਗਾ ਆਸਟ੍ਰੇਲੀਆ ਦੇ ਵਿੱਚ ਨਰਸਸ ਰਹੇਗਾ ਜਿਹਦੇ ਬਾਰੇ ਅਸੀਂ 3-4-5 ਮਿੰਟ ਲਾ ਕੇ ਉਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਉਹਨਾਂ ਵਿਦਿਆਰਥੀਆਂ ਵੱਲ ਜਿਹੜੇ ਕਿ ਰਿਜੈਕਟ ਹੋ ਚੁੱਕੇ ਨੇ ਕੈਨੇਡਾ ਤੋਂ ਜਾਂ ਐਲੀਜੀਬਿਲਟੀਜ਼ ਨਹੀਂ ਬਣ ਪਾ ਰਹੀ SPP ਦੇ ਵਿੱਚ ਉਹਨਾਂ ਵਾਸਤੇ ਡੈਸਟੀਨੇਸ਼ਨ ਕੈਨੇਡਾ ਹੀ ਹੈ ਉਹਨਾਂ ਕੋਲ ਆਪਸ਼ਨਸ ਕੀ ਆਣਗੀਆਂ ਇਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਚੱਲੇ ਸ਼ੋਅ ਦੇ ਦੌਰਾਨ ਜ਼ਿਹਨ ਦੇ ਵਿੱਚ ਕੋਈ ਸਵਾਲ ਆਉਂਦਾ ਤੁਸੀਂ ਕੰਟੈਕਟ ਕਰ ਸਕਦੇ ਹੋ VCC ਇੰਸਟੀਚਿਊਟ ਦੀ ਸਮੁੱਚੀ ਟੀਮ ਨੂੰ ਜਾਂ ਨੂਰ ਉਹਨਾਂ ਨੂੰ ਜਾਂ ਇਹਨਾਂ ਦੀ ਟੀਮ ਦੇ ਨਾਲ ਆਪਣਾ ਰਾਬਤਾ ਜਿਹੜਾ ਹੈਗਾ ਕਾਇਮ ਕਰ ਸਕਦੇ ਹੋ ਸਾਡੇ ਤੱਕ ਕੋਈ ਆਪਣਾ ਸਵਾਲ ਪਹੁੰਚਾਉਣਾ ਚਾਹੁੰਦੇ ਹੋ ਦੇਸ਼ ਪ੍ਰਦੇਸ਼ ਲਾਈਵ ਦਾ ਫੇਸਬੁੱਕ ਪੇਜ ਲਾਈਕ ਕਰਕੇ ਸਾਨੂੰ ਆਪਣਾ ਸਵਾਲ ਜਿਹੜਾ ਹੈਗਾ ਭੇਜ ਸਕਦੇ ਹੋ ਸ਼ੋਅ ਦੁਆਰਾ ਦੇਖਣਾ ਚਾਹੁੰਦੇ ਹੋ 3:30 ਵਜੇ ਤੁਹਾਡੇ ਕੋਲ ਬਹੁਤ ਵਧੀਆ ਆਪਸ਼ਨ ਜਿਹੜੀ ਹੈਗੀ ਹੈ ਇਹੀ ਪ੍ਰੋਗਰਾਮ ਜਿਹੜਾ ਹੈਗਾ ਕੱਲ੍ਹ ਨੂੰ ਰਿਪੀਟ ਕੀਤਾ ਜਾਊਗਾ ਹੁਣ ਅਸੀਂ ਆਸਟ੍ਰੇਲੀਆ ਵੱਲ ਆਸਟ੍ਰੇਲੀਆ ਨਰਸਸ ਬਾਰੇ ਆਫ ਦਾ ਰਿਕਾਰਡ ਅਸੀਂ ਗੱਲ ਕਰੀ ਸੀ ਕਿ ਨਰਸਿੰਗ ਵਾਸਤੇ VCC ਇੰਸਟੀਚਿਊਟ ਵੱਲੋਂ ਜਿਹੜੀ ਹੈਗੀ ਹੈ ਮੁਹਿੰਮ ਚਲਾਈ ਜਾ ਰਹੀ ਹੈ ਕਿ ਉਹਨਾਂ ਦੀ ਐਡਮਿਸ਼ਨ ਸ਼ੁਰੂ ਹੋ ਰਹੀ ਹੈ ਕਿਹੜੇ ਸ਼ਹਿਰਾਂ ਦੇ ਵਿੱਚ ਔਰ ਕਿਵੇਂ ਦੀ ਐਡਮਿਸ਼ਨ ਜਿਹੜੀ ਹੈਗੀ ਨਰਸਿਸ ਲਈ ਤੁਸੀਂ ਸ਼ੁਰੂ ਕਰਨ ਜਾ ਰਹੇ ਸਰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਜਿਹੜਾ ਇਹ ਕੋਰਸ ਹੈਗਾ ਨਰਸਿੰਗ ਦਾ ਇਹ ਬਹੁਤ
ਕੈਟਾਗਰੀ ਦੇ ਵਿੱਚ ਆਉਂਦਾ। ਇਹਦੇ ਵਿੱਚ ਤਿੰਨ ਕੈਟਾਗਰੀ ਹੈ ਸਰ, ਸਿੰਗਲ, ਮੈਰਿਡ ਐਂਡ ਵਨ ਬੇਬੀ। ਜਿਹੜੇ ਸਿੰਗਲ ਹੈ ਸਰ, ਉਹਨਾਂ ਦੇ ਨੋ ਆਈਲੈਟਸ ਤੋਂ ਅਪਲਾਈ ਕਰ ਸਕਦੇ ਨੇ। ਇਹਦੇ 'ਚ ਫੰਡਸ ਹੈ 16 ਤੋਂ ਲੈ ਕੇ 18 ਲੱਖ ਰੁਪਏ। ਅਗਰ ਗੱਲ ਕਰੀਏ ਮੈਰਿਡ, ਉਹਨਾਂ ਨੂੰ 5 ਬੈਂਡ ਚਾਹੀਦੇ ਓਵਰਆਲ। ਇਹ ਨਹੀਂ ਹੈ ਕਿ ਅਗਰ ਰਾਈਟਿੰਗ ਕੋਈ ਵੀ ਸੈਕਸ਼ਨ 'ਚ ਉਹਨਾਂ ਦੇ ਘੱਟ ਹੈ, ਮੈਟਰ ਨਹੀਂ ਕਰਦਾ। ਓਵਰਆਲ ਉਹਨਾਂ ਦੇ 5 ਹੋਣੇ ਚਾਹੀਦੇ ਨੇ। ਉਹਨਾਂ ਨੂੰ 22 ਤੋਂ ਲੈ ਕੇ 25 ਲੱਖ ਰੁਪਇਆ ਸ਼ੋਅ ਕਰਨਾ। ਅਗਰ ਕਿਸੇ ਦਾ 1 ਬੇਬੀ ਹੈ, ਉਹਨਾਂ ਨੂੰ 5.5 ਬੈਂਡਸ ਚਾਹੀਦੇ ਨੇ ਓਵਰਆਲ। ਐਂਡ ਉਹ ਮੈਟਰ ਨਹੀਂ ਕਰੇਗਾ ਸੇਮ ਇਹਦੇ ਲਈ ਵੀ ਕਿ ਇਹਦੇ 'ਚ ਜ਼ਿਆਦਾ ਜਾਂ ਇਹਦੇ 'ਚ ਘੱਟ ਹੈ ਰਾਈਟਿੰਗ ਐਂਡ ਲਿਸਨਿੰਗ ਦੇ ਵਿੱਚ। ਇਹਦੇ 'ਚ 28 ਤੋਂ ਲੈ ਕੇ 30 ਲੱਖ ਰੁਪਇਆ ਸ਼ੋਅ ਕਰਨਾ ਪਏਗਾ ਸਰ। ਸੈਕਿੰਡ ਕੈਟਾਗਰੀ ਸੀ ਮੈਰਿਡ, ਠੀਕ ਹੈ ਸਰ। ਹੁਣ 5 ਬੈਂਡ ਆ ਗਏ ਤੇ 22-23 ਲੱਖ ਰੁਪਇਆ। ਹਾਂਜੀ, ਤੀਜੀ ਕੈਟਾਗਰੀ ਤੁਸੀਂ ਮੇਰੇ ਖਿਆਲ ਦੱਸੀ ਹੈਗੀ ਜਿਹਦੇ 1 ਬੇਬੀ ਬੱਚਾ ਹੈਗਾ। ਹਾਂਜੀ, 5.5 ਬੈਂਡ ਜਿਹੜੇ ਹੈਗੇ ਨੇ। ਪਰ ਹੁਣ ਸਵਾਲ, ਜਿਵੇਂ ਮੈਂ ਪਹਿਲਾਂ ਵੀ ਸਵਾਲ ਪੁੱਛਿਆ ਸੀ ਕਿ ਕਾਲਜ ਨੂੰ ਜਿਹੜਾ ਹੈਗਾ ਨਹੀਂ ਚਾਹੀਦੀ ਇੰਗਲਿਸ਼, ਨਹੀਂ ਚਾਹੀਦੀ, ਐਡਮਿਸ਼ਨ ਦੇ ਦੂਗਾ, ਕੀ ਐਮਬੈਸੀ ਵੀ ਇਸ ਚੀਜ਼ ਨੂੰ ਵੀਜ਼ਾ ਦੇਵੇਗੀ ਕਿ ਹਾਂ ਵਿਦਾਊਟ ਆਇਲਸ ਬੱਚੇ ਨੇ ਅਪਲਾਈ ਕਰਤਾ ਔਰ ਮੈਂ ਵੀਜ਼ਾ ਗ੍ਰਾਂਟ ਕਰਦਾ? ਸਰ, ਮੇਨ ਇਹੀ ਹੈ ਕਿ ਇਹ ਕੋਰਸ ਦੀ ਜੋ ਅਸੀਂ ਕੋਰਸ ਦੇ ਅੰਡਰ ਭੇਜ ਰਹੇ ਹਾਂ, ਮੇਨ ਇਹੀ ਹੈ ਕਿ ਉਹਨਾਂ ਨੇ ਨਰਸਿੰਗ ਕੀਤੀ ਹੈ। ਤੁਹਾਨੂੰ ਪਤਾ ਹੀ ਹੈ ਰਿਕੁਆਇਰਮੈਂਟ ਬਾਹਰ ਨਰਸਿੰਗ ਦੀ ਬਹੁਤ ਜ਼ਿਆਦਾ ਹੈ। ਇਸ ਲਈ ਇਹ ਕੋਰਸ ਦੇ ਅੰਡਰ ਉਹਨਾਂ ਨੂੰ ਕੋਈ ਆਪਸ਼ਨ ਮਤਲਬ ਹੈ ਹੀ ਨਹੀਂ ਕਿ ਉਹਨਾਂ ਰਿਕੁਆਇਰਮੈਂਟ ਹੈ ਆਈਲੈਟਸ ਦੀ। ਬਟ ਕਿਉਂਕਿ ਇਹ ਇਕੱਲੇ ਜਾ ਰਹੇ ਨੇ, ਹਸਬੈਂਡ ਨਾਲ ਜਾ ਰਹੇ ਨੇ, ਤੁਹਾਨੂੰ ਪਤਾ ਹੀ ਸਪਾਊਸ ਕੇਸ 'ਚ ਇੱਕ ਪਰਸਨ ਨੇ ਆਈਲੈਟਸ ਕੀਤੀ ਹੋਣੀ ਚਾਹੀਦੀ ਹੈ। ਅੱਛਾ, ਦੋ ਤਿੰਨੇ ਕੈਟਾਗਰੀਆਂ ਦੇ ਵਿੱਚ, ਚਾਹੇ ਸਿੰਗਲ ਹੈਗਾ, ਚਾਹੇ ਮੈਰਿਡ ਹੈਗਾ, ਚਾਹੇ ਬੱਚੇ ਵਾਲੇ ਨੇ, ਕੀ ਤਿੰਨਾਂ ਨੂੰ ਵਰਕ ਪਰਮਿਟ ਮਿਲੇਗਾ? ਵਰਕ ਪਰਮਿਟ ਤੋਂ ਭਾਵ ਵਰਕ ਜਿਹੜਾ ਅਲਾਓ ਹੁੰਦਾ 20 ਘੰਟੇ, ਕੀ ਉਹ ਮਿਲ ਪਾਏਗਾ? ਸਰ ਦੇਖੋ, ਇਹ ਕੋਰਸ ਕਰਨ ਤੋਂ, ਇਹ ਬੇਸਿਕਲੀ ਨਰਸਿੰਗ ਦਾ ਕੋਰਸ ਹੈ, ਠੀਕ ਹੈ, ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਹੈ, ਠੀਕ ਹੈ ਸਰ। ਉਹਨਾਂ ਨੇ ਇਹ ਕੋਰਸ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੂੰ 800 ਘੰਟੇ ਮਿਲਣਗੇ ਕੰਮ ਕਰਨ ਦੇ ਕੋਰਸ ਕੰਪਲੀਟ। ਹਾਂਜੀ ਹਾਂਜੀ, ਉਸ ਤੋਂ ਬਾਅਦ ਉਹਨਾਂ ਨੇ 800 ਘੰਟੇ ਜਦੋਂ ਕੰਮ ਕਰ ਲਿਆ ਕੋਰਸ ਖਤਮ ਹੋਣ ਤੋਂ ਬਾਅਦ, ਤੇ ਉਹ ਪੀਆਰ ਦੇ ਹੱਕਦਾਰ ਨੇ 800 ਘੰਟੇ ਕੰਮ। ਹਾਂਜੀ ਹਾਂਜੀ, 9 ਜਿਹੜਾ ਹੈਗਾ ਤੁਸੀਂ ਕਹਿ ਰਹੇ ਕਿ 9 ਮਹੀਨੇ ਦਾ ਕੋਰਸ ਹੈਗਾ। ਹਾਂਜੀ, ਔਰ ਉਸ ਤੋਂ ਬਾਅਦ 800 ਘੰਟੇ ਕੰਮ ਕਰਨ ਦੀ ਜਿਹੜੀ ਪਰਮਿਸ਼ਨ ਮਿਲੀ। ਅੱਗੇ ਫਿਰ ਜਿਹੜੀਆਂ ਸਟੇਜਾਂ ਨੇ ਉਹ ਵੱਖਰੀਆਂ ਹੋਣਗੀਆਂ? ਇਸ ਤਰ੍ਹਾਂ ਤਾਂ ਨਹੀਂ ਹੈ ਕਿ 800 ਘੰਟੇ ਦੀ ਪਰਮਿਸ਼ਨ ਤਾਂ ਮਿਲੂਗੀ ਜੇ 6 ਬੈਂਡ ਆਣਗੇ? ਨਹੀਂ ਨਹੀਂ ਸਰ, ਇਹ ਕੋਰਸ ਕੰਪਲੀਟ ਹੋਣ ਤੋਂ ਬਾਅਦ ਹੈ। ਕੋਰਸ ਕੰਪਲੀਟ? ਹਾਂਜੀ ਹਾਂਜੀ, ਕੋਰਸ ਕੰਪਲੀਟ ਹੋਏਗਾ, ਉਸ ਤੋਂ ਬਾਅਦ ਤੁਸੀਂ 800 ਘੰਟੇ ਕੰਮ ਕਰਨਾ। ਇਹਦੀ ਕਦੋਂ ਐਡਮਿਸ਼ਨ ਸ਼ੁਰੂ ਕਰ ਰਹੇ ਤੁਸੀਂ? ਸਰ, ਅਪਕਮਿੰਗ ਇਨਟੇਕ ਲੈ ਰਹੇ ਹਾਂ ਸਰ। ਜਲਦੀ ਆ ਰਿਹਾ? ਹਾਂਜੀ ਹਾਂਜੀ ਜੀ। ਸੋ ਵਿਦਿਆਰਥੀ ਇਹਦੇ ਲਈ ਵੀ ਕੋਈ ਜਿਹੜਾ ਸਵਾਲ ਹੈਗਾ ਕਿਸੇ ਵੀ ਤਰ੍ਹਾਂ ਦਾ ਜ਼ਿਹਨ ਦੇ ਵਿੱਚ ਸਵਾਲ ਹੈਗਾ, ਉਹ ਪੁੱਛ ਸਕਦੇ ਨੇ। ਫੀਸ ਦੱਸ ਚੁੱਕੇ ਹਾਂ, 6 ਤੋਂ ਲੈ ਕੇ 8 ਲੱਖ ਰੁਪਏ, ਯਾਨੀ ਕਿ 3 ਤੋਂ ਲੈ ਕੇ 4 ਲੱਖ ਰੁਪਏ ਦੇ ਵਿੱਚ ਫੀਸ ਆਣੀ ਹੈਗੀ ਹੈ। 3 ਕੈਟਾਗਰੀ ਨੇ, ਪਹਿਲੀ ਹੈਗੀ ਸਿੰਗਲ ਜਿਹਦੇ ਵਿੱਚ ਵਿਦਆਊਟ ਆਇਲਸ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ, ਔਰ 16-18 ਲੱਖ ਜਿਹੜੇ ਫੰਡਸ ਨੇ ਉਹ ਨੇ। ਦੂਜੀ ਕੈਟਾਗਰੀ 5.5 ਬੈਂਡ ਦੀ ਆ ਜਾਂਦੀ ਜਿਹਦੇ ਵਿੱਚ 22-23 ਲੱਖ ਰੁਪਏ ਆਉਂਦਾ। ਤੀਜੀ ਕੈਟਾਗਰੀ ਜਿਹੜੀ ਆ ਜਾਂਦੀ ਹੈ 5.5 ਬੈਂਡ ਜਿਹਦੇ ਵਿੱਚ ਬੱਚੇ ਨੇ, ਜਿਹੜਾ ਬੇਬੀਜ਼ ਹੈਗਾ ਉਹ ਵੀ ਜਿਹੜਾ ਹੈਗਾ ਨਾਲ ਜਾ ਸਕਦਾ ਹੈਗਾ। ਸੋ ਅਗਲਾ ਮੁੱਦਾ ਜਿਹੜਾ ਹੈਗਾ ਸਾਡਾ ਉਹਨਾਂ ਵਿਦਿਆਰਥੀਆਂ ਲਈ ਹੈਗਾ ਜਿਹੜੇ SPP ਦੇ ਵਿੱਚ ਰਿਜੈਕਟਡ ਨੇ ਔਰ ਜਾਂ SPP ਦੇ ਵਿੱਚ ਐਲੀਜੀਬਲ ਨਹੀਂ ਹੈਗੇ ਕੈਨੇਡਾ ਜਾਣ ਦੇ, ਉਹਨਾਂ ਵਾਸਤੇ ਕੀ ਆਪਸ਼ਨਸ ਹੈਗੀ ਹੈ? ਸੋ ਮੇਰੇ ਖਿਆਲ ਜਨਰਲ ਕੈਟਾਗਰੀ ਦੀ ਗੱਲ ਕਰ ਰਹੇ ਹਾਂ, 3-4 ਮਿੰਟ ਸਾਡੇ ਕੋਲ ਬਚੇ ਨੇ ਇਸ ਵਕਤ ਜਲਾਉਣਾ ਚਾਹਾਂਗੇ। ਜਨਰਲ ਕੈਟਾਗਰੀ ਲਈ ਕਿਹੜਾ ਇਨਟੇਕ ਇਸ ਵਕਤ ਹੈਗਾ ਤੁਹਾਡੇ? ਸਰ, ਇਨਟੇਕ ਹੈਗਾ ਜੀ ਜੁਲਾਈ ਐਂਡ ਸਤੰਬਰ ਦਾ। ਹਾਂਜੀ ਸਰ ਜੀ, ਨੂਰ ਜਿਹੜੀ ਆਪਾਂ ਆਫ ਦਾ ਰਿਕਾਰਡ ਗੱਲ ਕਰੀ ਸੀ ਕਿ 5.5 ਬੈਂਡ ਦੇ ਨਾਲ ਅਪਲਾਈ ਹੋ ਪਾਊਗਾ, ਇਹ ਡਾਇਰੈਕਟ ਵੀ ਕਰ ਪਾਉਣਗੇ ਜਾਂ ਬੱਚੇ ਉਹ ਕਰਨਗੇ ਜਿਹੜੇ SPP ਦੇ ਵਿੱਚ ਰਿਜੈਕਸ਼ਨ ਹੈਗੀ? ਨੋ ਨੋ ਸਰ, ਜਿਨ੍ਹਾਂ ਨੇ ਹਜੇ ਹੁਣੇ ਹੀ ਪਲੱਸ ਟੂ ਕੀਤੀ ਹੈ ਸਰ, ਕੋਈ ਵੀ ਸਟ੍ਰੀਮ ਦਾ ਹੋਵੇ, ਕੋਈ ਵੀ ਬੋਰਡ ਦਾ ਹੋਵੇ, ਉਹ ਇਸ ਕੋਰਸ ਦੇ ਮਤਲਬ ਇਹ ਇਨਟੇਕ ਦੇ ਵਿੱਚ ਐਡਮਿਸ਼ਨ ਲੈ ਸਕਦੇ। ਨਾਟ ਲੈਸ ਦੈਨ 5.5 ਤਾਂ ਹੋ ਗਏ, ਠੀਕ ਹੈ, ਨਾਟ ਲੈਸ ਦੈਨ 5 ਤੋਂ ਘੱਟ ਨਹੀਂ ਹੋਣਾ ਚਾਹੀਦਾ। ਹਾਂਜੀ ਹਾਂਜੀ, ਓਵਰਆਲ 5.5 ਐਂਡ ਸਾਰਿਆਂ 'ਚ 5 ਹੀ ਚਾਹੀਦੇ ਨੇ। ਕੀ ਐਸੇ ਬੱਚਿਆਂ ਨੂੰ ਫਿਰ ਇੰਗਲਿਸ਼ ਕੋਰਸ ਵੀ ਲੱਗੇਗਾ? ਸਰ ਨਹੀਂ, ਅਗਰ ਉਹ ਅਕੈਡਮਿਕਲੀ ਦੇਖੇ ਬੱਚਾ ਬਹੁਤ ਸਟਰੋਂਗ ਹੈ, ਉਹਨੂੰ ਫਿਰ ਨਹੀਂ ਲੱਗੇਗਾ ਸਰ। ਡਿਪੈਂਡ ਕਰਦਾ ਤੁਹਾਡਾ ਰਿਪੋਰਟ ਕਾਰਡ ਪਲੱਸ 2 ਐਂਡ 10th ਦਾ। ਅਗਰ ਤੁਸੀਂ 80% ਲੈ ਰਹੇ ਹੋ ਫਿਰ ਨੀਡ ਹੀ ਨਹੀਂ ਹੈ ਸਰ। ਉਹਨਾਂ ਨੂੰ ਪਤਾ ਹੈ ਕਿ ਤੁਸੀਂ ਬਹੁਤ ਸਟਰੋਂਗ ਹੋ ਸਟੱਡੀ ਦੇ, ਬਾਏ ਲੱਕ ਤੁਹਾਡੇ ਨਹੀਂ ਆਏ ਅੱਛੇ ਮਾਰਕਸ ਆਈਲੈਟਸ 'ਚ, ਤਾਂ ਉਹ ਕੋਈ ਮੈਟਰ ਨਹੀਂ ਕਰਦਾ ਹੈਗਾ। ਕੀ ਮਨਪਸੰਦ ਕੋਰਸਸ ਮਿਲ ਜਾਣਗੇ ਜਾਂ ਐਸੇ ਬੱਚੇ ਨੂੰ 5.5 ਵਾਲੇ ਨੂੰ ਕੰਪਰੋਮਾਈਜ਼ ਕਰਨਾ ਪਊਗਾ ਕਿ ਮੈਂ ਜਿਹੜਾ ਕੋਰਸ ਲੈਣਾ ਸੀ ਉਹ ਮੈਨੂੰ ਨਹੀਂ ਮਿਲ ਪਾਇਆ? ਨਹੀਂ ਸਰ, ਆਪਣੀ ਸਟ੍ਰੀਮ ਦੇ, ਜਿਵੇਂ ਉਹਨਾਂ ਨੇ ਕਮਰਸ ਕੀਤੀ ਹੈ ਉਹਨਾਂ ਨੂੰ ਕਮਰਸ ਦੇ ਹੀ ਰਿਲੇਟਡ ਮਿਲੇਗਾ ਸਰ। ਅਗਰ ਉਹਨਾਂ ਨੇ ਆਰਟਸ ਕੀਤੀ ਹੈ, ਡਿਪੈਂਡ ਕਰਦਾ, ਇਹ ਨਹੀਂ ਹੈ ਕਿ ਉਹ ਆਪਣੀ ਮਰਜ਼ੀ ਨਾਲ ਲੈ ਸਕਦਾ, ਉਹਨਾਂ ਦੀ ਲਾਸਟ ਸਟ੍ਰੀਮ ਦਾ ਰਿਕਾਰਡ ਦੇਖ ਕੇ ਹੀ ਮਿਲੇਗਾ ਉਹਨੂੰ ਕੋਰਸਿਸ ਜੀ। ਹੋਰ ਥੋੜ੍ਹੇ ਜਿਹਾ ਬੈਕ ਵੱਲ ਜਾਣਾ ਚਾਹੂੰਗਾ, ਸ਼ੋਅ ਜਿਹੜਾ ਹੈਗਾ ਵਾਈਂਡ ਅਪ ਕਰਨ ਜਾ ਰਹੇ ਹਾਂ, ਸਿਰਫ 1 ਮਿੰਟ ਮੈਂ ਤਿੰਨੋਂ ਕੈਟਾਗਰੀ 'ਤੇ ਲੈਣਾ ਚਾਹੂੰਗਾ। ਪਹਿਲੀ ਆ ਗਈ ਹੈ ਜਿਹੜੀ ਬੱਚਿਆਂ ਦੀ ਸੀ ਕੈਟਾਗਰੀ, ਡਿਸਕਸ ਕੀਤੀ ਸੀ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦੀ ਹੈ। ਬੱਚਿਆਂ ਦੇ ਮਾਂ ਪਿਓ ਜਿਹੜੇ ਨੇ ਇੰਟਰਸਟਡ ਨੇ ਉਹਨਾਂ ਵਾਸਤੇ ਨੰਬਰ ਫਲੈਸ਼ ਕੀਤਾ ਜਾ ਰਿਹਾ ਹੈਗਾ। ਤੁਸੀਂ ਕੋਈ ਖਾਸ ਸਵਾਲ ਜਿਹੜਾ ਹੈਗਾ ਮੁੱਦਾ ਸਕੂਲਿੰਗ ਲਈ ਉਠਾਉਣਾ ਚਾਹੁੰਦੇ ਹੋ? ਸਰ, ਇਹੀ ਰਿਕੁਐਸਟ ਹੈ ਕਿ ਸਾਰਿਆਂ ਨੂੰ ਕਿ ਆਪਣਾ ਬੱਚੇ ਦਾ ਫਿਊਚਰ ਤੁਸੀਂ ਸੋਚ ਰਹੇ ਹੋ ਤਾਂ ਬਹੁਤ ਅੱਛੇ ਵੇ ਨਾਲ ਸੋਚੋ ਕਿ ਕਿਹੜੀ ਕੰਟਰੀ 'ਚ ਭੇਜਣਾ ਹੈਗਾ, ਕਿਵੇਂ ਭੇਜਣਾ ਹੈਗਾ, ਅੱਛੇ ਇੰਸਟੀਟਿਊਟ 'ਚ ਜਾ ਕੇ ਆਪਣੇ ਬੱਚੇ ਦੀ ਅਸਾਈਨਮੈਂਟ ਅਸੈਸ ਕਰਾਓ। ਹੁਣ ਅੱਛਾ, ਮਾਂ ਪਿਓ ਨੂੰ ਕਿਵੇਂ ਇਸ ਚੀਜ਼ ਦਾ ਪਤਾ ਲੱਗੇਗਾ
ਹੈ ਸਕੂਲ ਨੂੰ, ਅਗਰ ਉਹਦੀ ਖੁਦ ਦੀ ਚੋਇਸ ਹੈ ਉਹ ਸਾਨੂੰ ਦੱਸ ਸਕਦਾ, ਅਸੀਂ ਉਹਨਾਂ ਨਾਲ ਹੀ ਟਾਈ ਅਪ ਕਰਾ ਦਾਂਗੇ ਬੱਚੇ ਦਾ ਐਡਮਿਸ਼ਨ ਉੱਥੇ ਕਰਾ ਦਾਂਗੇ, ਬਟ ਅਸੀਂ ਖੁਦ ਹੀ ਬੱਚੇ ਦੇ ਮਾਪਿਓ ਆਪ ਰਿਸਰਚ ਕਰਕੇ ਵੀ ਆ ਸਕਦਾ ਤੁਹਾਡੇ ਕੋਲ, ਫਲਾਣੇ ਸਕੂਲ ਦੇ ਵਿੱਚ ਐਡਮਿਸ਼ਨਸ ਦਵਾਈਆਂ ਬੱਚੇ ਨੂੰ, ਉਸ ਤੋਂ ਬਾਅਦ ਪ੍ਰੋਸੈਸ ਜਿਹੜਾ ਹੈਗਾ ਸ਼ੁਰੂ ਹੋ ਸਕਦਾ। ਅਗਲਾ ਮੁੱਦਾ ਜਿਹੜਾ ਆਪਾਂ ਛੇੜਿਆ ਸੀਗਾ ਉਹ ਸੀਗਾ ਵਿਸ਼ੇਸ਼ ਤੌਰ ਤੇ ਨਰਸਸ ਲਈ ਜਿਹੜੇ ਕਿ ਕੈਂਡੀਡੇਟ ANM GNM BSc ਨਰਸਿੰਗ। ਮੇਰਾ ਸਵਾਲ ਜਿਹੜਾ ਹੁਣ ਦੁਬਾਰਾ ਮੈਂ ਇਸ ਕਰਕੇ ਪੁੱਛ ਰਿਹਾ ਕਿ ANM GNM BSc ਨਰਸਿੰਗ ਤਿੰਨ ਵੱਖਰੀਆਂ ਵੱਖਰੀਆਂ ਕੈਟਾਗਰੀ ਨੇ, ਕਿ ਤਿੰਨਾਂ ਨੂੰ ਸੇਮ ਤਰ੍ਹਾਂ ਦਾ ਪੈਟਰਨ ਦਾ ਕੰਟੈਂਟ ਆਫ ਕੋਰਸਸ ਜਿਹੜਾ ਹੈਗਾ ਇੱਕੋ ਤਰ੍ਹਾਂ ਦਾ ਰਹੇਗਾ? ਹਾਂਜੀ ਹਾਂਜੀ, ਜਿਨ੍ਹਾਂ ਨੇ GNM ANM ਕੀਤੀ ਹੈ ਜਾਂ BSc ਨਰਸਿੰਗ ਕੀਤੀ, MSc ਨਰਸਿੰਗ ਕੀਤੀ ਜਾਂ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ ਉਹਨਾਂ ਨੂੰ ਇਹ ਕੋਰਸ ਮਿਲੇਗਾ ਸਰ। 9 ਮੰਥਸ ਦਾ ਕੋਰਸ ਹੈ, ਇਹਦੇ 'ਚ ਉਹਨਾਂ ਦੀ ਡਿਵੈਲਪਮੈਂਟ ਹੋਏਗੀ ਸਰ, ਜੋ ਉਹਨਾਂ ਨੇ ਕੀਤਾ ਹੈ ਪੜ੍ਹਿਆ ਹੈ ਉਹਨਾਂ ਨੂੰ ਪ੍ਰੈਕਟੀਕਲ ਵੇ ਨਾਲ ਕਰਕੇ ਉਹਨਾਂ ਨੂੰ ਦਿਖਾਉਣਗੇ। ਕਿੰਨੇ ਟਾਈਮ ਦਾ ਪ੍ਰੋਸੈਸ ਰਹੇਗਾ ਆਫਰ ਲੈਟਰ ਮੰਗਾਉਣ ਦਾ, CA ਮੰਗਾਉਣ ਦਾ? ਸਰ ਇਹ 2 ਤੋਂ 3 ਮਹੀਨੇ ਦਾ। 2 ਤੋਂ 3 ਮਹੀਨੇ? ਹਾਂਜੀ ਹਾਂਜੀ। ਜਿਹੜੇ ਵਿਦਿਆਰਥੀ ਸਾਡੇ ਨਾਲ ਜੁੜੇ ਹੋਏ ਨੇ ਆਸਟ੍ਰੇਲੀਆ ਦੇ, ਉਹ ਵੀ ਆਪਣਾ ਸਵਾਲ ਪੁੱਛ ਸਕਦੇ ਨੇ, ਸਕੂਲਿੰਗ ਵਾਲੇ ਵੀ ਆਪਣਾ ਸਵਾਲ ਪੁੱਛਦੇ ਨੇ। ਚੱਲਦੇ ਚੱਲਦੇ ਸਿਰਫ 5 ਬੈਂਡ ਦੇ ਜਨਰਲ ਕੈਟਾਗਰੀ ਵਾਲੇ ਵਿਦਿਆਰਥੀਆਂ ਲਈ ਸਵਾਲ ਮੈਂ ਪੁੱਛਣਾ ਚਾਹੂੰਗਾ। ਜਿਹੜੇ ਜਨਰਲ ਕੈਟਾਗਰੀ ਤਹਿਤ 5 ਬੈਂਡ ਵਾਲੇ ਵਿਦਿਆਰਥੀ ਜਾ ਪਾਣਗੇ, ਜਿਵੇਂ ਤੁਸੀਂ ਪਹਿਲਾਂ ਪਰਸੈਂਟੇਜ ਦਾ ਵੀ ਜ਼ਿਕਰ ਕੀਤਾ ਹੈਗਾ, ਔਰ ਮੈਂ ਵੀ ਇਸ ਚੀਜ਼ ਨੂੰ ਵਿਸ਼ੇਸ਼ ਤੌਰ ਤੇ ਬਹੁਤ ਤਵੱਜੋ ਦਿੰਦਾ ਹੁੰਦਾ, ਸਕਸੈਸ ਰੇਟ ਕੀ ਰਹੇਗਾ ਔਰ ਇਹਦਾ ਪ੍ਰੋਸੈਸਿੰਗ ਟਾਈਮ ਕੀ ਰਹੇਗਾ? ਸਰ ਇਹਦਾ ਪ੍ਰੋਸੈਸਿੰਗ 2 ਤੋਂ 3 ਮਹੀਨੇ ਲੱਗੇਗਾ ਸਰ, ਠੀਕ ਹੈ, ਕਿਉਂਕਿ ਟਾਈਮ ਲੱਗਦਾ ਹਰ ਇੱਕ ਚੀਜ਼ ਲਈ, ਹਰ ਇੱਕ ਡਾਕੂਮੈਂਟ ਲਈ ਟਾਈਮ ਲੱਗਦਾ ਹੈ ਸਰ। ਹਾਂਜੀ ਸਰ। ਕਿਸ ਤਰ੍ਹਾਂ ਦੇ ਡਾਕੂਮੈਂਟਸ ਇਹਦੇ ਵਿੱਚ ਜਿਹੜੇ ਹੈਗੇ ਅਪਲਾਈ ਹੋਣਗੇ, ਰਿਕੁਆਇਰਮੈਂਟ ਕਿਸ ਤਰ੍ਹਾਂ ਦੀ ਰਹੇਗੀ, ਕਿਹੜੇ ਕਿਹੜੇ ਡਾਕੂਮੈਂਟਸ? ਅਕੈਡਮਿਕ, ਠੀਕ ਹੈ ਸਰ, ਪਾਸਪੋਰਟ ਹੋ ਗਿਆ, ਪਾਸਪੋਰਟ ਹੋ ਗਿਆ ਸਰ, ਪਾਸਪੋਰਟ ਤੋਂ ਆਲਮੋਸਟ ਆਇਲਸ ਹੋ ਗਿਆ, ਆਇਲਸ ਹੋ ਗਿਆ, 2 ਸਾਲ ਦਾ ਵੈਲਿਡ ਹੋਣਾ ਚਾਹੀਦਾ ਹੈ। ਫੰਡਸ ਕਿੰਨੇ ਹੋਣਗੇ ਇਹਦੇ ਵਿੱਚ? ਸਰ ਫੰਡਸ ਇਹਦੇ ਚ 14 ਤੋਂ 15 ਲੱਖ ਰੁਪਏ। 14 ਤੋਂ 15 ਲੱਖ? ਹਾਂਜੀ। ਹੋਰ ਕੋਈ ਰਿਕੁਆਇਰਮੈਂਟਸ? ਸਰ ਇਹਦੇ ਚ ਹੋਰ ਕੋਈ ਰਿਕੁਆਇਰਮੈਂਟਸ ਤਾਂ ਹੈ ਨਹੀਂ, ਬਟ ਇਹ ਹੈ ਕਿ ਤੁਹਾਡੀ ਫਾਈਨੈਂਸ਼ੀਅਲੀ ਸਟਰੋਂਗ ਹੋਣੀ ਚਾਹੀਦੀ ਹੈ। ਫੰਡਸ ਚ ਤੁਹਾਡੀ ਥਰਡ ਪਾਰਟੀ ਵੀ ਤੁਹਾਨੂੰ ਕਰ ਸਕਦੀ ਹੈ, ਇਨਕਮ ਸੋਰਸ ਵੀ ਦਿਖਾਣਾ ਪਏਗਾ। ਹਾਂਜੀ, ਇਨਕਮ ਸੋਰਸ ਵੀ ਦਿਖਾਣਾ ਪਏਗਾ ਸਰ। ਜੀ, ਹੋਰ ਕੁਝ ਇਸ ਕੈਟਾਗਰੀ ਸੰਬੰਧੀ ਜਿਹੜਾ ਮੈਂ ਨਹੀਂ ਪੁੱਛ ਪਾਇਆ, ਕੈਨੇਡਾ ਵਾਲੀ ਸੰਬੰਧੀ, ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਡਾਕੂਮੈਂਟਸ ਦੀ ਜ਼ਰੂਰਤ ਪਏਗੀ ਔਰ ਕਿਸ ਤਰ੍ਹਾਂ ਉਹਨਾਂ ਨੂੰ ਤਿਆਰੀ ਕਰਨੀ ਪਏਗੀ? ਸਰ ਪਲੱਸ 2 ਕੀਤੀ ਹੋਵੇ, ਮੈਂ ਪਹਿਲਾਂ ਹੀ ਦੱਸਿਆ, ਅਕੈਡਮਿਕ ਸਟਰੋਂਗ ਹੋਣੇ ਚਾਹੀਦੇ, ਫਾਈਨੈਂਸ਼ਲੀ ਤੁਹਾਡੇ ਫੰਡਸ ਬਹੁਤ ਅੱਛੇ ਤਰ੍ਹਾਂ ਸਟਰੋਂਗਲੀ ਵੇ ਨਾਲ ਦਿਖਾਉਣੇ ਚਾਹੀਦੇ ਨੇ, ਕੋਈ ਵੀ ਫੇਕ ਡਾਕੂਮੈਂਟ ਨਹੀਂ ਹੋਣਾ ਚਾਹੀਦਾ। ਮੈਂ ਪਹਿਲਾਂ ਵੀ ਕਿਹਾ ਕਿ ਫਾਈਨੈਂਸ਼ਲੀ ਸਟਰੋਂਗ ਕੋਈ ਡਾਕੂਮੈਂਟ ਫੇਕ ਨਹੀਂ ਹੋਣਾ ਚਾਹੀਦਾ, ਕਿਉਂਕਿ ਆਪਾਂ ਜਾਣਦੇ ਹਾਂ ਸਰ ਕਿ ਇੰਡੀਆ ਦੇ ਵਿੱਚ ਫੇਕ ਡਾਕੂਮੈਂਟਸ ਰੈਡੀ ਹੋ ਜਾਂਦੇ ਨੇ। ਉਹ ਅੰਬੈਸੀ, ਪਹਿਲਾਂ ਹੁੰਦਾ ਸੀ ਕਿ ਅੰਬੈਸੀ ਇੰਨੀ ਸ਼ਾਰਪ ਨਹੀਂ ਸੀ ਹੁੰਦੀ ਹੈਗੀ, ਉਹਨਾਂ ਨੂੰ ਨਹੀਂ ਸੀ ਪਤਾ ਚੱਲਦਾ, ਬਟ ਹੁਣ ਉਹਨਾਂ ਨੂੰ ਸਾਰਾ ਪਤਾ ਚੱਲਦਾ ਕਿ ਇਹ ਫੇਕ ਡਾਕੂਮੈਂਟਸ ਹੈ, ਤਾਂ ਆਪਣਾ ਕੋਈ ਵੀ ਫੇਕ ਡਾਕੂਮੈਂਟਸ ਨਾ ਲਗਾਓ, ਫਿਰ ਤੁਹਾਨੂੰ ਕੋਈ ਵੀ ਰਿਜੈਕਸ਼ਨ ਨਹੀਂ ਹੋ ਸਕਦੀ ਹੈ। ਜੀ, ਸ਼ੁਕਰੀਆ, ਮਿਹਰਬਾਨੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਾਫੀ ਸਾਰੀਆਂ ਸਕੂਲਿੰਗ ਸੰਬੰਧੀ, ਨਰਸਿੰਗ ਸੰਬੰਧੀ ਔਰ ਕੈਨੇਡਾ ਸੰਬੰਧੀ ਗੱਲਾਂ ਜਿਹੜੀਆਂ ਹੈਗੀਆਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ, ਔਰ ਦਰਸ਼ਕਾਂ ਦਾ ਵੀ ਧੰਨਵਾਦ, ਤੁਸੀਂ ਸਾਡੇ ਨਾਲ 24-25 ਮਿੰਟ ਗੁਜ਼ਾਰੇ। ਜ਼ੇਨ ਦੇ ਵਿੱਚ ਕੋਈ ਸਵਾਲ ਆਉਂਦਾ VCC ਇੰਸਟੀਚਿਊਟ ਦੇ ਨਾਲ ਆਪਣਾ ਸਵਾਲ ਜਿਹੜਾ ਸਾਂਝਾ ਕਰ ਸਕਦੇ ਹੋ, ਸਾਡੇ ਤੱਕ ਆਪਣਾ ਕੋਈ ਸਵਾਲ ਪਹੁੰਚਾਉਣਾ ਚਾਹੁੰਦੇ ਹੋ, ਦੇਸ਼ ਪ੍ਰਦੇਸ਼ ਲਾਈਵ ਦੇ ਫੇਸਬੁੱਕ ਪੇਜ ਦੇ ਉੱਪਰ ਲਾਈਕ ਕਰਕੇ ਇਨਬਾਕਸ ਦੇ ਵਿੱਚ ਛੱਡ ਸਕਦੇ ਹੈਗੇ ਹੋ। ਅਗਲਾ ਮੁੱਦਾ ਹੈਗਾ ਜੀ ਕਿ ਜੇ ਸ਼ੋਅ ਵਿਦਿਆਰਥੀ ਕੁਝ ਦੇਖਣ ਦੇ ਚਾਹਵਾਨ ਹੁੰਦੇ ਨੇ, ਉਹਨਾਂ ਵਾਸਤੇ ਆਪਸ਼ਨਸ ਹੈਗੇ ਕਿ ਇਹੀ ਪ੍ਰੋਗਰਾਮ ਸਾਡਾ ਜਿਹੜਾ ਹੈਗਾ ਕੱਲ੍ਹ ਨੂੰ 3:30 ਵਜੇ ਪ੍ਰੋਗਰਾਮ ਜਿਹੜਾ ਹੈਗਾ ਰਿਪੀਟ ਕੀਤਾ ਜਾਊਗਾ। ਉਦੋਂ ਤੱਕ ਲਈ ਆਪਣੇ ਦੋਸਤ ਰਣਵੀਰ ਸੰਧੂ ਨੂੰ ਅੱਗੇ ਦਿਓ ਧੰਨਵਾਦ। ਸਤਿ ਸ਼੍ਰੀ ਅਕਾਲ।